फरीदकोट च एक गरीब परिवार ते उस वेले दुखां दा कहर टुट गया जदों इस परिवार दे मुखी अते नशियां दे आदि पर जिवें किवें करके परिवार चलाउण वाले दी वी मौत हो गई ते ए मृतक दी बिरध मां अते ए संगल लाई उसदा भरा है। चार धीआं पत्नी अते जन्म तो ही अपाहज इस मुंडे दा हुण कोई सहारा नहीं। एक सहारा सी ओह वी नशियां दे आदि होण करके अपना मानसिक संतुलन गुआ चुकिया ते परिवार दे मुखी दी मौत तो बाद हुण मृतक दी पत्नी नूं आउण वाले दिनां दी कल्पना करनी भी मुश्किल हो रही है। मेरे हसबैंड भी गोली खांदे नशे दी ते उहनां नाल फल्ट पै गया उहनां दे लीवर च ते मैं ही कमाउण वाली मेरे परिवार च कोई भी बच्चे मेरे किन्ने बच्चे तुहाडे तीन बेटियां एक वड्डा बेटा 20 साल दा हो ਉਹ ਠੀਕ ਨਹੀਂ ਗਾ ਕਿਵੇਂ ਉਹਦੀ ਹਾਲਾਤ ਕੀ ਬੱਚੇ ਦੀ ਉਹ ਬੱਚਾ ਜਨਮ ਲੈਂਦਾ ਸਾਰੀ ਹੈ ਸੀਗਾ ਅਪੰਗ ਹੈ ਹਾਂਜੀ ਉਹ ਆਪਦੀ ਖਬ ਕੁਛ ਨਹੀਂ ਖਾ ਸਕਦਾ ਹੈਗਾ ਜਿਹੜੇ ਉਹਦੇ ਪਤੀ ਸੀਗੇ ਪਹਿਲਾਂ ਕੋਈ ਨਸ਼ਾ ਵਗੈਰਾ ਕਰਦੇ ਕਾਹਦੀ ਫਿਰ ਗੋਲੀ ਖਾਣ ਲੱਗੇ ਸੀ ਨਹੀਂ ਨਹੀਂ ਪਹਿਲਾਂ ਨਹੀਂ ਕੁਛ ਕਰਦੇ ਸੀ ਹੁਣ ਹੀ ਨਸ਼ਾ ਆਹ ਕਰਨ ਲੱਗੇ ਸੀ ਜੀਭ ਦੀ ਗੋਲੀ ਦਾ ਜੀਭ ਲਈ ਕਿਹੜੀ ਸਰਕਾਰੀ ਹਸਪਤਾਲ ਤੋਂ ਹਾਂਜੀ ਤੇ ਉਹਦੇ ਨਾਲ ਹੀ ਹਾਂਜੀ ਹੁਣ ਘਰ ਦੇ ਕੀ ਹਾਲਾਤ ਆ ਘਰੇ ਤੇ ਹੁਣ ਉਹ ਜਦੋਂ ਬਿਮਾਰ ਸੀ ਘਰ ਹੀ ਮੈਂ ਹੀ ਚਲਾਉਂਦੀ ਸੀ ਘਰ ਦਾ ਹੁਣ ਔਖਾ ਸਾਰੇ ਸਾਰੇ ਪ੍ਰੋਬਲਮ ਔਖੀ ਆ ਹੁਣ ਤਾਂ ਆਤ ਕੀ ਸਰ ਗਰੀਬ ਜਿੰਨਾ ਕੁ ਮੈਂ ਕਮਾਉਂਦੀ ਉਨਾ ਕੁ ਦਵਾਈਆਂ ਬੂਟੀਆਂ ਤੇ ਲਾਤਾ ਘਰ ਦੇ ਇਹਦੇ ਤੇ ਬਾਕੀ ਮੇਰੇ ਬੇਟੀਆਂ ਵੀ ਜਵਾਨ ਆ ਹੁਣ ਤੇ ਘਰ ਵੇਖ ਲੈਣ ਸਾਡੀ ਸਰਕਾਰ ਵੀ ਕੀ ਸਾਡਾ ਬਣਿਆ ਹਾਲ ਕਾਡੀ ਕਿਨਾਂ ਹਾਂਜੀ ਤੇ ਅੱਜ ਘਰ ਦੇ ਮੁਖੀ ਦੀ ਵੀ ਡੈਥ ਹੋ ਗਈ ਆ ਹਾਂਜੀ ਹਾਂਜੀ ਕੀ ਮੰਗ ਕਰਦੇ ਹੋ ਸਰਕਾਰ ਤੋਂ ਸਰਕਾਰ ਇਹੀ ਆ ਮੇਰੀਆਂ ਬੇਟੀਆਂ ਨੂੰ ਵੀ ਸਾਨੂੰ ਮਦਦ ਕਰਨ ਸਾਡੀ ਹਾਂਜੀ ਸਰ ਮੈਂ ਬਹੁਤ ਪ੍ਰੋਬਲਮ ਟੈਨਸ਼ਨ ਦੇ ਵਿੱਚ ਆ ਮੇਰੇ ਘਰ ਵਾਲਾ ਨਸ਼ੇ ਪੱਤੇ ਕਰਦਾ ਕੁੱਟਮਾਰ ਕਰਦਾ ਆ ਠੀਕ ਆ ਪਰ ਮੇਰੇ ਕਈ ਦਿਨਾਂ ਤੋਂ ਸੱਟਾਂ ਵੀ ਮਾਰਦੀਆਂ ਕਈ ਵਾਰੀ ਅਸੀਂ ਦਾਖਲ ਵੀ ਬਹੁਤ ਪਰੇਸ਼ਾਨ ਕਰਦਾ ਕਈ ਵਾਰੀ ਬੱਚਿਆਂ ਦੇ ਵੀ ਮਾਰਦਾ ਚਲੋ ਕੰਮ ਤਾਂ ਨਹੀਂ ਕਰਦਾ ਪਰ ਕੁੱਟਮਾਰ ਬਰਦਾਸ਼ਤ ਨਹੀਂ ਹੋ ਸਕਦੀ ਠੀਕ ਹੈ ਔਰ ਮੈਂ ਇਕੱਲੇ ਕਮਾ ਕੇ ਬੱਚੇ ਪਾ ਰਹੀ ਹਾਂ 15 ਸਾਲ ਹੋ ਗਿਆ ਨਸ਼ੇ ਪੱਤੇ ਕਰ ਰਿਹਾ ਨਸ਼ੇ ਕਰਕੇ ਹੋ ਰਿਹਾ ਹਾਂ ਨਸ਼ੇ ਕਰਕੇ ਖਾ ਲੈਂਦਾ ਪਰ ਕੁੱਟਮਾਰ ਕਰਦਾ ਮੈਨੂੰ ਬਹੁਤ ਪਰੇਸ਼ਾਨ ਕਰਦਾ ਸੌਣ ਵੀ ਨਹੀਂ ਦਿੰਦਾ ਰਾਤ ਨੂੰ ਬੱਚਿਆਂ ਨੂੰ ਵੀ ਬਹੁਤ ਪਰੇਸ਼ਾਨ ਕਰਦਾ ਆ ਅਤੇ ਇਹਦਾ ਕੁਛ ਹੱਲ ਕੀਤਾ ਜਾਵੇ ਮੰਮੀ ਇਹਦੀ ਜੱਗੇ ਦੀ ਇਹ ਮੇਰੇ ਜੋੜੇ ਬੱਚੇ ਹੈਗੇ ਇਹ ਪਹਿਲਾਂ ਥੋੜ੍ਹੀ ਵਾਲੀ ਗੋਲੀ ਖਾਂਦਾ ਸੀਗਾ ਉਸ ਤੋਂ ਬਾਅਦ ਇਹ ਵੇਖਣਾ ਆਹ ਖਾਣ ਲੱਗ ਗਿਆ ਜੀਭ ਵਾਲੀ ਗੋਲੀ ਖਾਣ ਲੱਗ ਗਿਆ ਜੀਭ ਵਾਲੀ ਗੋਲੀ ਨਾਲ ਇਹਦੀ ਲੇਬਰ ਜਮ੍ਹਾਂ ਖਤਮ ਹੋ ਗਈ ਆ ਉਸ ਤੋਂ ਬਾਅਦ ਇਹ ਰੋਟੀ ਖਾਣੋਂ ਹੜ ਗਿਆ ਜਦੋਂ ਲੇਬਰ ਖਰਾਬ ਹੋ ਗਈ ਚਾਰ ਇਹਦੀਆਂ ਬੇਟੀਆਂ 20 ਸਾਲਾਂ ਦਾ ਇਹਦਾ ਪਿੰਗਲਾ ਮੁੰਡਾ ਹੈਗਾ ਉਹ ਕੇਸ ਹੋਣ ਸਾਰ ਰੋਇਆ ਨਹੀਂ ਸੀਗਾ ਉਹ ਮੰਜੇ 'ਤੇ ਪਿਆ ਉਹਨੂੰ ਕੀੜੀਆਂ ਖਾਈ ਜਾਂਦੀਆਂ ਮੱਖੀਆਂ ਖਾਈ ਜਾਂਦੀਆਂ ਉਹਨੂੰ ਕੋਈ ਪਤਾ ਨਹੀਂ ਲੱਗਦਾ ਹੈਗਾ ਉਸ ਤੋਂ ਬਾਅਦ ਇਹਦੀਆਂ 4 ਕੁੜੀਆਂ ਹੈ ਜੀ ਦੂਸਰਾ ਬੱਚੇ ਮੇਰੇ ਜੋੜੇ ਹੀ ਆ ਦੋਵੇਂ ਬੱਚੇ ਉਹ ਦਿਮਾਗੀ ਟੈਨਸ਼ਨ ਆ ਉਹ ਵੀ ਨਸ਼ੇ ਨਾਲ ਹੀ ਹੋਇਆ ਗਾ ਥੋੜ੍ਹਾ ਬਾਲਾ ਨਸ਼ਾ ਉਹ ਵੀ ਵਿੱਚ ਖਾਂਦਾ ਰਿਹਾ ਗਾ ਉਹ ਵੀ ਇਸ ਤਰ੍ਹਾਂ ਹੀ ਹੋਇਆ ਉਹਦੇ ਹਾਲਾਤ ਆ ਵੀ ਮਾਰਦਾ ਕੁੱਟਦਾ ਸਾਨੂੰ ਬਹੁਤ ਜ਼ਿਆਦਾ ਪਰੇਸ਼ਾਨ ਆ ਰਾਤ ਨੂੰ ਮੈਂ ਸੌਂਦੀ ਨਹੀਂ ਗੀ ਸਾਰੀ ਰਾਤ ਮੇਰੇ ਗਲੀ ਮਹੱਲੇ ਤੋਂ ਪੁੱਛਿਆ ਜਾਵੇ ਸਾਰੀ ਰਾਤ ਤੁਰੀ ਫਿਰਦੀ ਆ ਕਿਵੇਂ ਰੱਖਦੇ ਉਹਨੂੰ ਫਿਰ ਘਰੇ ਉਹਨੂੰ ਜੀ ਕਈ ਵਾਰੀ ਸੰਗਲ ਲਾ ਕੇ ਰੱਖਦੇ ਆ ਆਹ ਵੇਖੋ ਨਿੰਮ ਨਾਲ ਲੱਗਾ ਹੋਇਆ ਸੰਗਲ ਵੇਖੋ ਜੀ ਤੁਸੀਂ ਮੈਂ ਸੱਦਦੀ ਹਾਂ ਫਿਰ ਮੈਂ ਕਿਸੇ ਤੋਂ ਬਚਾਅ ਕਰਾਉਣੀ ਆ ਉਹਦੇ ਤੋਂ ਮੁੰਡੇ ਸੱਦਦੀ ਹਾਂ ਮੇਰੇ ਘਰੇ ਕੋਈ ਨਹੀਂ ਗਾ ਇਹ ਬੋਟੀ ਆ ਜਿਹੜੀ ਬੱਚਿਆਂ ਦੀ ਮਾਂ ਹੈਗੀ ਇਹ ਕਮਾ ਕੇ ਲਿਆਉਂਦੀ ਆ ਕੋਈ ਬੱਚਿਆਂ ਦੇ ਮੂੰਹ 'ਚ ਪਾਉਂਦੀ ਆ ਹੋਰ ਕੋਈ ਮੇਰੇ ਕੋਲ ਸਾਧਨ ਹੈ ਨਹੀਂ ਦੱਸਦੀ ਹੋਰ ਕੋਈ ਸਾਧਨ ਹੈ ਨਹੀਂ ਜੀ ਨਾ ਕੋਲ ਮੇਰੇ ਸਾਧਨ ਆ ਨਾ ਕੋਈ ਰੋਟੀ ਦਾ ਪ੍ਰਬੰਧ ਆ ਕਰਦੇ 2 ਜੈਂਟਸ ਮੈਂਬਰ ਸੀਗੇ ਦੋਨਾਂ 'ਚੋਂ ਇੱਕ ਦੀ ਡੈਥ ਹੋ ਗਈ ਨਸ਼ੇ ਨਾਲ ਇੱਕ ਨਸ਼ੇ ਨਾਲ ਪਾਗਲ ਹੋਇਆ ਪਿਆ ਇੱਕ ਪਾਗਲ ਹੋਇਆ ਪਿਆ ਜੀ ਬਿਲਕੁਲ ਪਾਗਲ ਹੋਇਆ ਪਿਆ ਉਹ ਮੂੰਹ ਪਾਉਣ ਲਾ ਲੈਂਦਾ ਭਾਂਡੇ ਨੂੰ ਸਣੇ ਲੀੜਿਆਂ ਨੂੰ ਨਹਾ ਲੈਂਦਾ ਕੋਈ ਉਹਨੂੰ ਸੁੱਧ ਵੱਧ ਨਹੀਂ ਗੀ ਕੋਈ ਉਹਨੂੰ ਅੱਜ ਭਰਾ ਦਾ ਦੁੱਖ ਨਹੀਂ ਗਾ ਕੋਈ ਉਹਨੂੰ ਧੀਆਂ ਦਾ ਦੁੱਖ ਨਹੀਂ ਕਿਸੇ ਦਾ ਦੁੱਖ ਨਹੀਂ ਜਿਹੜਾ ਇੱਕ ਬੱਚਾ ਸੀ ਉਹਦੇ ਹਾਲਾਤ ਹਾਂਜੀ ਇੱਕ ਬੱਚਾ ਸੀ ਜਿਹੜਾ ਉਹਦੇ ਕੀ ਹਾਲਾਤ ਉਹ ਬਸ ਉਹ ਵੀ ਐਵੇਂ ਹੈ ਜੀ ਸਰਕਾਰਾਂ ਵੱਲੋਂ ਤਾਂ ਨਸ਼ੇ ਨੂੰ ਖਤਮ ਕਰਨ ਦੇ ਦਾਅਵੇ ਕੀਤੇ ਜਾਂਦੇ ਪਰ ਉਹੀ ਚੀਜ਼ ਤੁਹਾਡੇ ਘਰ ਦੇ ਵਿੱਚ ਹੁਣ ਕਹਿ ਕੇ ਵੇਖਿਆ ਜਾਵੇ ਤਾਂ ਹੁਣ ਜਿਹੜੇ ਨਸ਼ੇ ਛੱਡਣ ਵਾਲੀ ਗੋਲੀ ਖਾਧੀ ਉਹਦੇ ਨਾਲ ਨੁਕਸਾਨ ਹੋਇਆ ਤੁਹਾਡੇ ਪੇਟਾਂ 'ਚ ਲੈ ਗਿਆ ਹਾਂਜੀ ਲੇਬਰ ਖਰਾਬ ਹੋ ਗਈ ਜੀ ਇਹਦੀ ਬਿਲਕੁਲ ਰੋਟੀ ਨਹੀਂ ਸੀ ਲੱਗਦਾ ਵੀ ਇਹ ਬੁੜੀਆਂ ਦੀ ਕਮਾਈ ਨਾ ਘਰੇ ਕੰਮ ਪੂਰਾ ਹੋ ਜਾਊਗਾ ਜਾਂ ਘਰ ਵੀ ਤੁਹਾਡਾ ਨਹੀਂ ਜੀ ਨਹੀਂ ਜੀ ਗਲੀ ਮਹੱਲੇ ਨੂੰ ਪੁੱਛਿਆ ਜਾਵੇ ਕਿਸੇ ਤੋਂ 100 ਲਿਆਉਣੀ ਕਿਸੇ ਤੋਂ 50 ਲਿਆਉਣੀ ਹੈ ਮੇਰਾ ਪੁੱਛਿਆ ਜਾਵੇ 3-4 ਵਾਰੀ ਤਾਂ ਮੇਰੇ ਸਿਵਲ ਦੀਆਂ ਪਰਚੀਆਂ ਪਈਆਂ ਹੋਈਆਂ ਸਾਰੀਆਂ ਪਰਚੀਆਂ ਪਈਆਂ ਹੋਈਆਂ ਮੈਂ ਦਾਖਲ ਇਸ ਬੇਟੇ ਨੂੰ ਕੀਤਾ ਬਹੁਤ ਵਾਰੀ ਮੈਂ ਕਹਿੰਦੀ ਜੀ ਆਪਦੀਆਂ ਬੇਟੀਆਂ ਦੇ ਹਾਲਤ ਵੀ ਮਾੜੇ ਨੇ ਬਹੁਤ ਜ਼ਿਆਦਾ ਜੀ ਕੀ ਮੰਗ ਕਰਦੇ ਹੋ ਤੁਸੀਂ ਲੋਕ ਸਰਕਾਰ ਤੋਂ ਜਾਂ ਸਰਕਾਰ ਤੋਂ ਕਰਦੇ ਆ ਜੀ ਇਹਨਾਂ ਦੀ ਬੇਟੀਆਂ ਦੇ ਵਿਆਹੀਆਂ ਜਾਣ ਕੋਈ ਕੋਈ ਖਾਣ ਨੂੰ ਕੋਈ ਦਿੱਤਾ ਜਾਵੇ ਇਹਨਾਂ ਦੇ ਹਾਂ ਆਉਂਦੇ ਬਾਰੇ ਆ ਜੀ ਇੱਕ ਮੇਰਾ ਉਹ ਦੂਜਾ ਬੇਟਾ ਉਹਦਾ ਜ਼ਰੂਰ ਕੋਈ ਸੋਚੋ ਉਹ ਮਾਰਨ ਦੀ ਕੋਸ਼ਿਸ਼ ਕਰਦਾ ਸਾਨੂੰ
ਉਹਦਾ ਜ਼ਰੂਰ ਹੀ ਨਸ਼ੇ ਪੱਤੇ ਕਰਦਾ ਕੀ ਮਾਰ ਦੇਣਾ ਕੀ ਨਹੀਂ ਸਾਰਾ ਮੱਲਾ ਉਹਦਾ ਜ਼ਰੂਰ ਹੱਥ ਬੰਨ ਕੇ ਬੇਨਤੀ ਕਰਦੀ ਹਾਂ ਮੈਂ ਤਾਂ ਉਸ ਬੇਟੇ ਵੀ ਨਹੀਂ ਮੈਂ ਬਾਹਲੀ ਦੁਖੀ ਹਾਂ ਇਹ ਚੱਲ ਨਸ਼ਾ ਕਹਿੰਦਾ ਸੀ ਮਾਰਦਾ ਨਹੀਂ ਸੀ ਜੀ ਉਹ ਮਾਰਦਾ ਜੀ ਰਾਤ ਨੂੰ ਸੌਂਦੀ ਨਹੀਂ ਜੀ ਮੇਰੇ ਗਲੀ ਮਹੱਲੇ ਨੂੰ ਪੁੱਛਿਆ ਜਾਵੇ ਇਸ ਪਰਿਵਾਰ ਦੇ ਵਿੱਚ ਤੁਸੀਂ ਦੇਖ ਹੀ ਰਹੇ ਵੀਰ ਜੀ ਕੋਈ ਕਮਾਉਣ ਵਾਲਾ ਨਹੀਂ ਕੋਈ ਲਿਆਉਣ ਵਾਲਾ ਨਹੀਂ ਦੋ ਇਹਨਾਂ ਦੀਆਂ ਨੌਵਾਂ ਜੀ ਉਹ ਵਿਚਾਰੀਆਂ ਲਿਆਉਂਦੀਆਂ ਬੇਟਾ ਜਿਹੜਾ ਉਹਦੀ ਡੈਥ ਹੋ ਚੁੱਕੀ ਆ ਇੱਕ 20 ਸਾਲ ਦਾ ਇਹਨਾਂ ਦਾ ਬੇਟਾ ਜੋ ਮੰਜੇ 'ਤੇ ਪਿਆ ਹੋਇਆ ਚਾਰ ਬੇਟੀਆਂ ਉਹ ਵਿਚਾਰੇ ਆਪਦਾ ਰੋਜ਼ਗਾਰ ਕਿਵੇਂ ਚਲਾਉਣ ਮੈਂ ਤਾਂ ਕਹਿੰਦੀ ਵੱਧ ਤੋਂ ਵੱਧ ਸਰਕਾਰ ਇਹਨਾਂ ਦੀ ਹੈਲਪ ਕਰੇ ਇੱਕ ਬਿਲਕੁਲ ਮੈਂਟਲ ਹੋ ਚੁੱਕਿਆ ਅਸੀਂ ਬਹੁਤ ਜ਼ਿਆਦਾ ਵੀ ਜ਼ੋਰ ਲਾਈ ਜਾਂਦੇ ਵੀ ਕੋਈ ਨਾ ਕੋਈ ਭੈਣ ਭਰਾ ਅੱਗੇ ਆਵੇ ਇਹਨਾਂ ਨੂੰ ਕਿਸ ਤਰ੍ਹਾਂ ਨਾ ਕਿਸ ਤਰ੍ਹਾਂ ਵੀ ਹੈਲਪ ਮਿਲ ਜਾਵੇ ਕਿਸੇ ਵੱਲੋਂ ਵੀ ਮਿਲ ਜਾਵੇ ਘਰ ਦੇ ਹਾਲਾਤ ਕੀ ਜੀ ਇਹਨਾਂ ਘਰ ਦੇ ਹਾਲਾਤ ਇੱਕ ਟਾਈਮ ਦੀ ਪੱਕਦੀ ਇੱਕ ਟਾਈਮ ਦੀ ਨਹੀਂ ਪੱਕਦੀ ਜੀ ਇਹੋ ਜਿਹੇ ਹਾਲਾਤ ਹੋਏ ਪਏ ਇਹਨਾਂ ਦੇ ਜੀ ਪਤਾ ਹੀ ਨਹੀਂ ਜੀ ਰੋਟੀ ਖਾ ਲੈਣੀ ਹੈ ਕਿ ਨਹੀਂ ਖਾ ਲੈਣੀ ਜੇ ਲਿਆਉਂਦੀ ਹੈ ਤਾਂ ਪੱਕੀ ਰਹਿ ਜਾਣੀ ਆ ਅਤੇ ਬਸ ਵਿਚਾਰੀਆਂ ਸਾਰੀ ਦਿਹਾੜੀ ਨਾ ਕੁੜੀਆਂ ਪੜ੍ਹ ਸਕਦੀਆਂ ਉਹ ਵੀ ਬੱਚੀਆਂ ਮਾਵਾਂ ਨਾਲ ਘਰਾਂ 'ਚ ਕੰਮ ਕਰਨ ਜਾਂਦੀਆਂ ਕਿੱਥੋਂ ਇਹ ਆਪਦੀ ਵੀ ਕਰਕੇ ਕਰਨਗੀਆਂ ਕੱਲ੍ਹ ਨੂੰ ਬੇਟੀਆਂ ਦੇ ਵਿਆਹ ਕਰਨੇ ਇੱਕ ਹੀ ਕਮਾਉਣ ਵਾਲਾ ਸੀ ਉਹ ਵੀ ਦੁਨੀਆਂ ਤੋਂ ਚਲਿਆ ਗਿਆ ਨਸ਼ੇ ਦੇ ਘਰ ਵੀ ਡਿੱਗਣ ਮਕਾਨ ਜੀ ਸਭ ਕੋਲ ਗਿਰਨ ਵਾਲਾ ਜੀ ਤੁਸੀਂ ਦੇਖੋ ਧਿਆਨ ਮਾਰੋ ਕੁਛ ਵੀ ਨਹੀਂ ਇਹਨਾਂ ਦੇ ਘਰ 'ਚ ਜੀ ਅੱਜ ਵੀ ਮੁਹੱਲੇ ਦੇ ਹੋਰ ਸੰਯੋਗ ਦੇ ਨਾਲ ਇਹਨਾਂ ਦੀ ਹੈਲਪ ਹੋ ਰਹੀ ਆ ਵੈਸੇ ਇਹਨਾਂ ਦੀ ਬਿਲਕੁਲ ਨਹੀਂ ਕੋਈ ਵੀ ਮਦਦ ਹੋ ਰਹੀ ਹੋਰ ਬੰਨਿਓ ਸਰਕਾਰ ਲਈਓਂ ਕੋਈ ਮਦਦ ਨਹੀਂ ਆਈ ਇਸ ਪਰਿਵਾਰ ਨੂੰ ਅੱਜ ਤੱਕ ਨਹੀਂ ਆਏਗੀ ਜੋ ਵੀ ਆ ਵਿਚਾਰੇ ਆਪਦਾ ਕਰਦੇ ਆ ਜਿੰਨਾ ਕੁ ਲਿਆਉਂਦੇ ਉਹਨਾਂ ਕੁ ਖਾ ਲੈਂਦੇ ਜੀ ਬਸ ਮੰਗ ਇਹ ਪ੍ਰਸਾਰਣ ਤੋਂ ਮੰਗ ਕਰਦੇ ਆ ਵੀ ਇਹਨਾਂ ਦੀ ਹੈਲਪ ਕੀਤੀ ਜਾਵੇ ਕੋਈ ਨਾ ਕੋਈ ਇਹਨਾਂ ਨੂੰ ਢੋ ਮੇਲਾ ਲੱਗੇ ਅਜੇ ਤੱਕ ਹਾਂਜੀ ਅਜੇ ਤੱਕ ਕਰੀ ਜਾਂਦੇ ਜੀ ਕੋਈ ਵੀ ਅੱਗੇ ਨਹੀਂ ਆ ਰਿਹਾ ਜੀ ਕੋਈ ਅੱਗੇ ਤਾਂ ਆਵੇ ਅਸੀਂ ਵੀਡੀਓ ਵੀ ਪਾ ਚੁੱਕੇ ਹਾਂ ਸ਼ੇਅਰ ਵੀ ਕਰ ਚੁੱਕੇ ਹਾਂ ਕੋਈ ਹੈਲਪ ਹੀ ਨਹੀਂ ਹੋ ਰਹੀ ਜੀ ਇਹਨਾਂ ਦੀ ਬਿਲਕੁਲ ਵੀ ਜੀ ਉਹ ਮੁੰਡੇ ਨੂੰ ਸੰਗਲ ਲਾ ਦੇਈਦਾ ਤੇ ਬੰਨ ਲਈਦਾ ਨਹੀਂ ਤਾਂ ਉਹ ਪਤਾ ਨਹੀਂ ਲੱਗਦਾ ਵੀ ਉਹਨੇ ਕੀ ਕਰਨਾ ਕੀ ਨਹੀਂ ਕਰਨਾ ਬਿੰਦ ਵਿੱਚ ਦੀ ਇਹ ਸਤਨਾਮ ਸਿੰਘ ਆ ਜੀ ਇਹਦੇ ਦੋ ਬੇਟੀ ਆ ਇੱਕ ਬੇਟਾ ਜੀ ਇਹਦੇ ਘਰ ਵਾਲੀ ਆ ਇੱਥੇ ਸੀਗੀ ਜੀ ਉਹ ਵੀ ਹੁਣ ਵਿਚਾਰੀ ਉਹਦਿਨ ਉਹਨੂੰ ਵੀ ਮਾਰ ਦੇਣਾ ਸੀ ਇਹਨੇ ਫਿਰ ਪੁਲਿਸ ਵਾਲੇ ਲੈ ਕੇ ਗਏ ਪੁਲਿਸ ਵਾਲਿਆਂ ਨੇ ਉੱਥੇ ਸਿਮਲਾ ਹਸਪਤਾਲ 'ਚ ਦਾਖਲ ਕਰਾਤਾ ਉਸ ਤੋਂ ਬਾਅਦ ਉਹਨਾਂ ਨੇ ਫਿਰ ਛੁੱਟੀ ਦਿੱਤੀ ਉਹਨਾਂ ਨੇ ਘਰੇ ਭੇਜਤਾ ਹੁਣ ਘਰੇ ਫਿਰ ਸੰਗਲ ਲਾਇਆ ਜੀ ਉਹਨੂੰ ਇਹ ਨਹੀਂ ਪਤਾ ਵੀ ਅੱਜ ਮੇਰਾ ਨਾਲ ਦਾ ਮੋਢਾ ਟੁੱਟ ਗਿਆ ਮੇਰੇ ਭਰਾ ਦੀ ਡੈਥ ਹੋ ਚੁੱਕੀ ਆ ਵੀ ਅੱਜ ਮੇਰੇ ਘਰੇ ਕੀ ਕਹਿਰ ਮੱਚ ਗਿਆ ਉਹਨੂੰ ਕੋਈ ਪਤਾ ਨਹੀਂ ਗਾ ਇਸ ਗੱਲ ਦਾ ਇਹਦਾ ਪਿਓ ਨੂੰ ਪਤਾ ਜੀ ਜਿਹਦਾ ਮੋਢਾ ਅਸਲੀ ਟੁੱਟਿਆ ਇਹ ਵਧੀਆ ਕਾਰੀਗਰ ਸੀਗੇ ਜੀ ਸਾਈਕਲ ਵਾਲੀ ਦੁਕਾਨ ਤੇ ਵਧੀਆ ਘੰਟਾ ਘਰ ਕੋਲ ਸਾਈਕਲਾਂ ਵਾਲੀਆਂ ਦੁਕਾਨਾਂ ਹੀ ਜੱਗਾ ਸਤਨਾਮ ਇਹਨਾਂ ਦੀ ਵਾਹ ਵਾਹ ਹੁੰਦੀ ਸੀ ਅੱਜ ਦੇ ਟਾਈਮ ਦੇ ਵਿੱਚ ਉੱਥੋਂ ਬਸ ਮਾੜਾ ਮੋਟਾ ਨਸ਼ਾ ਕੋਈ ਦਿੰਦਾ ਗਿਆ ਇਹਨਾਂ ਦੀ ਤਕਦੀਰ ਉੱਥੋਂ ਮਾੜੀ 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 ਹੁੰਦੀ ਗਈ ਉਹ ਤੋਂ ਬਾਅਦ ਜੀਵ ਦੀ ਗੋਲੀ ਲੱਗ ਗਈ ਜੀ ਜੀਵ ਦੀ ਗੋਲੀ ਨੇ ਇਹਨਾਂ ਦੀ ਜਮ੍ਹਾਂ ਬਰਬਾਦੀ ਕਰਤੀ ਜੀ ਹੁਣ ਰਿਸ਼ਤੇਦਾਰ ਵੀ ਇਸ ਪਰਿਵਾਰ ਲਈ ਲੋਕਾਂ ਤੋਂ ਮਦਦ ਦੀ ਅਪੀਲ ਕਰ ਰਹੇ ਨੇ ਸੋ ਹੁਣ ਦੇਖਣ ਵਾਲੀ ਗੱਲ ਇਹ ਰਹੇਗੀ ਕਿ ਮਾਮਲਾ ਜਦੋਂ ਸੋਸ਼ਲ ਮੀਡੀਆ ਤੇ ਆ ਚੁੱਕਿਆ ਤਾਂ ਇਸ ਪਰਿਵਾਰ ਦੀ ਮਦਦ ਕੌਣ ਕਰਦਾ ਹੈ ਹਕੀਕਤ ਟੀਵੀ ਪੰਜਾਬੀ ਲਈ ਫਰੀਦਕੋਟ ਤੋਂ ਗੁਰਜੀਤ ਸਿੰਘ ਰੋਮਾਣਾ ਦੀ ਰਿਪੋਰਟ ਮਿਹਨਤ ਮੇਰੀ ਰਹਿਮਤ ਖੁਦਾ ਦੀ ਮੁਸਲਮਾਨੀ ਰੂਹਾਨੀ ਅਤੇ ਕਾਲੇ ਇਲਮ ਦੇ ਮਾਹਿਰ ਗੁਰੂ ਅਕਬਰ ਖਾਨ ਸੰਪਰਕ ਕਰੋ 9877-17500 ਤੇ ਮੇਰੇ ਕੀਤੇ ਨੂੰ ਮੇਰੇ ਤੋਂ ਇਲਾਵਾ ਕੋਈ ਕੱਟ ਨਹੀਂ ਸਕਦਾ 100% ਗਰੰਟੀ ਨਾਲ ਹਰ ਪਰੇਸ਼ਾਨੀ ਦਾ ਹੱਲ ਪਾਓ ਪਤੀ ਪਤਨੀ ਵਿੱਚ ਝਗੜਾ ਸੌਤਨ ਦੁਸ਼ਮਣ ਤੋਂ ਛੁਟਕਾਰਾ ਖੁਆ ਪਿਆਰ ਵਾਪਸ ਪਾਉਣਾ ਤਲਾਕ ਕੇਸ ਵਿਦੇਸ਼ ਵਿੱਚ ਪੱਕਾ ਹੋਣਾ ਗੁਪਤ ਵਸ਼ੀਕਰਨ ਕਰਵਾਓ ਮਨ ਚਾਹਾ ਪ੍ਰੇਮੀ ਪ੍ਰੇਮਿਕਾ ਆਪਣੇ ਵੱਸ ਵਿੱਚ ਕਰੋ ਲਾਟਰੀ ਨੰਬਰ ਪਾਓ 649 ਹੋਵੇ ਜਾਂ ਲੋਟੋ ਮੈਕਸ ਪਿਆਰ ਵਿੱਚ ਧੋਖਾ ਖਾ ਚੁੱਕੇ ਪ੍ਰੇਮੀ ਪ੍ਰੇਮਿਕਾ ਇੱਕ ਵਾਰ ਜ਼ਰੂਰ ਸੰਪਰਕ ਕਰੋ ਮੈਂ ਤੁਹਾਡਾ ਪਿਆਰ ਟੁੱਟਣ ਨਹੀਂ ਦੇਵਾਂਗਾ ਗੁਰੂ ਅਕਬਰ ਖਾਨ 9877-17500 ਤੇ